ਅੱਜ ਜੋ ਅਸੀਂ ਇਹ ਗੇਟ ਰੈਲੀਆਂ ਕੀਤੀਆਂ ਇਹ ਸਾਡੀ ਸੂਬਾ ਕਮੇਟੀ ਪੰਜਾਬ ਰੋਡਵੇਜ਼ ਪਨਬੱਸ PRTC ਕੰਟਰੈਕਟ ਵਰਕਰ ਯੂਨੀਅਨ ਦੇ 25/11 ਦੇ ਸੱਦੇ ਉੱਤੇ ਸਮੂਹ ਪੰਜਾਬ ਦੇ ਜੋ 29 ਡੀਪੂ ਆ ਪਨਬੱਸ ਅਤੇ PRTC ਦੇ ਮਿਲਾ ਕੇ ਸਾਰੇ ਗੇਟਾਂ 'ਤੇ ਕੀਤੀਆਂ ਗਈਆਂ। ਇਹ ਗੇਟ ਰੈਲੀਆਂ ਕਰਨ ਦਾ ਸਾਡਾ ਮਕਸਦ ਇਹ ਸੀ ਕਿ CM ਸਰਦਾਰ ਭਗਵੰਤ ਸਿੰਘ ਮਾਨ ਨਾਲ ਸਾਡੀ ਜਥੇਬੰਦੀ ਦੀ ਮੀਟਿੰਗ ਹੋਈ ਸੀ ਕਬਾਨਾ ਹੋਟਲ ਜਲੰਧਰ ਵਿਖੇ, ਅਤੇ ਉੱਥੇ CM ਸਾਹਿਬ ਨੇ ਸਾਨੂੰ ਜਲੰਧਰ ਜ਼ਿਮਨੀ ਚੋਣਾਂ ਸਮੇਂ ਸਮਾਂ ਦਿੱਤਾ ਸੀ 1 ਮਹੀਨੇ ਦਾ ਕਿ 1 ਮਹੀਨੇ ਦੇ ਅੰਦਰ ਪੋਲਸੀ ਬਣਾ ਕੇ ਤੁਹਾਨੂੰ ਰੈਗੂਲਰ ਆ ਜਿਹੜਾ ਉਹ ਕੀਤਾ ਜਾਊਗਾ, ਅਤੇ ਉਸਦੇ ਲਈ ਪ੍ਰਮੁੱਖ ਸਕੱਤਰ ਪੰਜਾਬ ਦੇ ਪੱਧਰ 'ਤੇ AG ਪੰਜਾਬ ਅਤੇ ਸਾਡੇ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਸੈਕਟਰੀ ਟਰਾਂਸਪੋਰਟ ਅਤੇ ਡਾਇਰੈਕਟਰ ਸਾਹਿਬ ਨੂੰ ਸ਼ਾਮਿਲ ਕਰਕੇ ਅਤੇ ਜਥੇਬੰਦੀ ਦੇ 2 ਨੁਮਾਇੰਦੇ ਸ਼ਾਮਿਲ ਕਰਕੇ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੇ ਕਿ ਇਹ ਪ੍ਰਪੋਜ਼ਲ ਤਿਆਰ ਕਰਨੀ ਸੀ, ਅਤੇ ਇਸ ਕਮੇਟੀ ਵੱਲੋਂ ਪ੍ਰਪੋਜ਼ਲ ਆ ਜੋ ਤਿਆਰ ਕੀਤੀ ਗਈ ਆ, ਤਿਆਰ ਕਰਕੇ ਇਹ ਪ੍ਰਪੋਜ਼ਲ ਸਾਡੀ ਮੰਤਰੀ ਸਾਹਿਬ ਕੋਲ ਪਹੁੰਚੀ ਹੋਈ ਆ। ਪਰ ਜੋ ਸਮਾਂ ਸੀਮਾ ਸੀ 1 ਮਹੀਨੇ ਦੀ ਉਹ ਲਗਭਗ 2.5 ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਿਆ, ਪਰ ਅਜੇ ਤੱਕ ਇਸ ਨੂੰ ਅਮਲੀ ਜਾਮਾ ਜਿਹੜਾ ਉਹ ਨਹੀਂ ਪਹੁੰਚਾਇਆ ਜਾ ਰਿਹਾ, ਅਤੇ ਨਾਲ ਦੀ ਨਾਲ ਵਿਭਾਗ ਵਿੱਚ ਕਿਲੋਮੀਟਰ ਸਕੀਮ 'ਤੇ ਬੱਸਾਂ ਪਾਈਆਂ ਜਾ ਰਹੀਆਂ। ਸੋ ਜਥੇਬੰਦੀ ਨੂੰ ਮਜਬੂਰ ਨਾ ਜੋ ਸੰਘਰਸ਼ ਦੇ ਰਾਹ 'ਤੇ ਦੁਬਾਰਾ ਤੁਰਨਾ ਪਿਆ, ਕਿਉਂਕਿ ਇੱਕ ਤਾਂ ਸਮਾਂ ਸੀਮਾ ਸਾਡੀ ਉੱਪਰ ਲੰਘਣ ਕਾਰਨ ਸਾਡੇ ਜੋ ਮੁਲਾਜ਼ਮ ਸਾਥੀ ਆ ਉਹ ਰਿਟਾਇਰ ਹੋ ਰਹੇ ਆ। ਜੇ ਅਸੀਂ ਗੱਲ ਕਰੀਏ ਸਾਡੇ ਰੋਪੜ DPU ਵਿੱਚ ਹੀ ਸਾਡਾ ਸਾਥੀ ਆ ਜੋ ਉਸਦੀ ਰਿਟਾਇਰਮੈਂਟ ਆਉਣ ਵਾਲੇ 2-3 ਮਹੀਨੇ 'ਚ। ਸੋ ਅਸੀਂ ਸਰਕਾਰ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਜੇਕਰ ਜਲਦ ਤੋਂ ਜਲਦ ਤੁਸੀਂ ਇਸ ਬਣੀ ਹੋਈ ਪ੍ਰਪੋਜ਼ਲ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਅਤੇ ਸਾਡੇ ਵਰਕਰ ਪੱਕੇ ਨਹੀਂ ਕੀਤੇ ਤਾਂ ਜੋ ਇਹ ਸੰਘਰਸ਼ ਅਸੀਂ ਆਰੰਭ ਕੀਤਾ ਇਹ ਇਸ ਨੂੰ ਹੋਰ ਤਿੱਖਾ ਰੂਪ ਆ ਜਿਹੜਾ ਉਹ ਦਿੱਤਾ ਜਾਵੇਗਾ। ਸੋ ਇਸ ਦੇ ਨਾਲ ਹੀ ਅਸੀਂ ਪ੍ਰੈਸ ਕਾਨਫਰੰਸ ਪੰਜਾਬ ਪੱਧਰ 'ਤੇ ਉਹ ਕਰਨ ਜਾ ਰਹੇ ਹਾਂ, ਅਤੇ ਉਸ ਤੋਂ ਬਾਅਦ ਸਾਡੀ ਹੜਤਾਲ ਆ ਜੋ ਉਹ ਚੱਲੇਗੀ, ਅਤੇ ਇਸ ਦੇ ਨਾਲ ਹੀ CM ਸਾਹਿਬ ਦੇ ਘਰ ਦਾ ਘਿਰਾਓ ਕੀਤਾ ਜਾਵੇ। ਅੱਜ ਜੋ ਅਸੀਂ ਇਹ ਗੇਟ ਰੈਲੀਆਂ ਕੀਤੀਆਂ ਇਹ ਸਾਡੀ ਸੂਬਾ ਕਮੇਟੀ ਪੰਜਾਬ ਰੋਡਵੇਜ਼ ਪਨਬੱਸ PRTC ਕੰਟਰੈਕਟ ਵਰਕਰ ਯੂਨੀਅਨ ਦੇ 25/11 ਦੇ ਸੱਦੇ ਉੱਤੇ ਸਮੂਹ ਪੰਜਾਬ ਦੇ ਜੋ 29 ਡੀਪੂ ਆ ਪਨਬੱਸ ਅਤੇ PRTC ਦੇ ਮਿਲਾ ਕੇ ਸਾਰੇ ਗੇਟਾਂ 'ਤੇ ਕੀਤੀਆਂ ਗਈਆਂ। ਇਹ ਗੇਟ ਰੈਲੀਆਂ ਕਰਨ ਦਾ ਸਾਡਾ ਮਕਸਦ ਇਹ ਸੀ ਕਿ CM ਸਰਦਾਰ ਭਗਵੰਤ ਸਿੰਘ ਮਾਨ ਨਾਲ ਸਾਡੀ ਜਥੇਬੰਦੀ ਦੀ ਮੀਟਿੰਗ ਹੋਈ ਸੀ ਕਬਾਨਾ ਹੋਟਲ ਜਲੰਧਰ ਵਿਖੇ, ਅਤੇ ਉੱਥੇ CM ਸਾਹਿਬ ਨੇ ਸਾਨੂੰ ਜਲੰਧਰ ਜ਼ਿਮਨੀ ਚੋਣਾਂ ਸਮੇਂ ਸਮਾਂ ਦਿੱਤਾ ਸੀ 1 ਮਹੀਨੇ ਦਾ ਕਿ 1 ਮਹੀਨੇ ਦੇ ਅੰਦਰ ਪੋਲਸੀ ਬਣਾ ਕੇ ਤੁਹਾਨੂੰ ਰੈਗੂਲਰ ਆ ਜਿਹੜਾ ਉਹ ਕੀਤਾ ਜਾਊਗਾ, ਅਤੇ ਉਸਦੇ ਲਈ ਪ੍ਰਮੁੱਖ ਸਕੱਤਰ ਪੰਜਾਬ ਦੇ ਪੱਧਰ 'ਤੇ AG ਪੰਜਾਬ ਅਤੇ ਸਾਡੇ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਸੈਕਟਰੀ ਟਰਾਂਸਪੋਰਟ ਅਤੇ ਡਾਇਰੈਕਟਰ ਸਾਹਿਬ ਨੂੰ ਸ਼ਾਮਿਲ ਕਰਕੇ ਅਤੇ ਜਥੇਬੰਦੀ ਦੇ 2 ਨੁਮਾਇੰਦੇ ਸ਼ਾਮਿਲ ਕਰਕੇ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੇ ਕਿ ਇਹ ਪ੍ਰਪੋਜ਼ਲ ਤਿਆਰ ਕਰਨੀ ਸੀ, ਅਤੇ ਇਸ ਕਮੇਟੀ ਵੱਲੋਂ ਪ੍ਰਪੋਜ਼ਲ ਆ ਜੋ ਤਿਆਰ ਕੀਤੀ ਗਈ ਆ, ਤਿਆਰ ਕਰਕੇ ਇਹ ਪ੍ਰਪੋਜ਼ਲ ਸਾਡੀ ਮੰਤਰੀ ਸਾਹਿਬ ਕੋਲ ਪਹੁੰਚੀ ਹੋਈ ਆ। ਪਰ ਜੋ ਸਮਾਂ ਸੀਮਾ ਸੀ 1 ਮਹੀਨੇ ਦੀ ਉਹ ਲਗਭਗ 2.5 ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਿਆ, ਪਰ ਅਜੇ ਤੱਕ ਇਸ ਨੂੰ ਅਮਲੀ ਜਾਮਾ ਜਿਹੜਾ ਉਹ ਨਹੀਂ ਪਹੁੰਚਾਇਆ ਜਾ ਰਿਹਾ, ਅਤੇ ਨਾਲ ਦੀ ਨਾਲ ਵਿਭਾਗ ਵਿੱਚ ਕਿਲੋਮੀਟਰ ਸਕੀਮ 'ਤੇ ਬੱਸਾਂ ਪਾਈਆਂ ਜਾ ਰਹੀਆਂ। ਸੋ ਜਥੇਬੰਦੀ ਨੂੰ ਮਜਬੂਰ ਨਾ ਜੋ ਸੰਘਰਸ਼ ਦੇ ਰਾਹ 'ਤੇ ਦੁਬਾਰਾ ਤੁਰਨਾ ਪਿਆ, ਕਿਉਂਕਿ ਇੱਕ ਤਾਂ ਸਮਾਂ ਸੀਮਾ ਸਾਡੀ ਉੱਪਰ ਲੰਘਣ ਕਾਰਨ ਸਾਡੇ ਜੋ ਮੁਲਾਜ਼ਮ ਸਾਥੀ ਆ ਉਹ ਰਿਟਾਇਰ ਹੋ ਰਹੇ ਆ।
ਜੇ ਅਸੀਂ ਗੱਲ ਕਰੀਏ ਸਾਡੇ ਰੋਪੜ ਡੀਪੀ ਵਿੱਚ ਹੀ ਸਾਡਾ ਸਾਥੀ ਹੈ ਜੋ ਉਸਦੀ ਰਿਟਾਇਰਮੈਂਟ ਆਉਣ ਵਾਲੇ 2-3 ਮਹੀਨੇ 'ਚ। ਸੋ ਅਸੀਂ ਸਰਕਾਰ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਜੇਕਰ ਜਲਦ ਤੋਂ ਜਲਦ ਤੁਸੀਂ ਇਸ ਬਣੀ ਹੋਈ ਪ੍ਰਪੋਜ਼ਲ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਅਤੇ ਸਾਡੇ ਵਰਕਰ ਪੱਕੇ ਨਹੀਂ ਕੀਤੇ ਤਾਂ ਜੋ ਇਹ ਸੰਘਰਸ਼ ਅਸੀਂ ਆਰੰਭ ਕੀਤਾ ਇਹ ਇਸ ਨੂੰ ਹੋਰ ਤਿੱਖਾ ਰੂਪ ਆ ਜਿਹੜਾ ਉਹ ਦਿੱਤਾ ਜਾਵੇਗਾ। ਸੋ ਇਸ ਦੇ ਨਾਲ ਹੀ ਅਸੀਂ ਪ੍ਰੈਸ ਕਾਨਫਰੰਸ ਪੰਜਾਬ ਪੱਧਰ 'ਤੇ ਉਹ ਕਰਨ ਜਾ ਰਹੇ ਹਾਂ ਅਤੇ ਉਸ ਤੋਂ ਬਾਅਦ ਸਾਡੀ ਹੜਤਾਲ ਆ ਜੋ ਉਹ ਚੱਲੇਗੀ ਅਤੇ ਇਸ ਦੇ ਨਾਲ ਹੀ CM ਸਾਹਿਬ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।